ਦੋਸਤਾਂ ਦੀ ਨਜ਼ਰ। ਔਰ ਅੱਛਾ ਵੱਡੀ ਗੱਲ ਇਹ ਕਿ ਮੇਕੂ ਨਿਸਨਰ ਦੇ ਤੌਰ ਤੇ ਪਛਾਣ ਆ ਗਈ ਔਰ ਡੋੜਿਆਂ ਦੀ ਵਜ੍ਹਾ ਤੋਂ ਦੀ ਬੁਨਿਆਦ ਔਰ ਹਰ ਕਾਲ ਦੇ ਵਿੱਚ ਮੇਰਾ ਨਵਾਂ ਡੋੜਾ। ਅੱਛਾ ਬਈ ਗੱਲ ਤੁਸੀਂ ਭੁੱਲਦੇ ਨਹੀਂ ਵੇ, ਮੈਂ ਬੜੀ ਦੂਰ ਦੂਰ ਕੋਸ਼ਿਸ਼ ਕੀਤੀ ਮੈਂ ਤੁਸੀਂ ਕੁਛ ਇਹ ਅਸਾਂ ਬਾਅਦ ਵਿੱਚ ਗੱਲ ਜਿਵੇਂ ਮੇਰੇ ਦੋਸਤ ਮੇਰੇ ਨਾਲ ਜੁੜੇ ਹਨ ਔਰ ਮੁਹੰਮਦ ਯਕੂਬ ਸਾਹਿਬ ਔਰ ਅੱਲਾ ਵਸਾਇਆ ਖੇੜਾ ਯਾਕੂਬ ਵੀ ਕਿਆ ਯਾਦ ਦੇਵਾ ਵੈਸੇ। ਹਾਂ ਉਹਨਾਂ ਕੋ ਮੈਂ ਗੱਲ ਕੀਤੀ ਆਈ ਇਹ ਸਿਲਸਿਲਾ ਸ਼ੁਰੂ ਹੋਣ ਤੋਂ ਪਹਿਲੇ, ਲੇਕਿਨ ਥੋੜੀ ਜਿਹੀ ਮਸਰੂਫੀਅਤ ਚ ਨੇ ਇਨਸ਼ਾਅੱਲਾ ਬਹੁਤ ਜਲਦ ਅਸਾਂ ਉਹਨਾਂ ਕੋ ਵੀ ਲੈ ਕੇ ਆਸੂ। ਔਰ ਬਾਰ ਸਾਹਿਬ ਮੇਰੀ ਇੱਕ ਕੋਸ਼ਿਸ਼ ਇਹ ਕਿ ਨਿਸਨਰ ਕੋ ਮੈਂ ਇਨਵਾਈਟ ਕਰਾਂ ਔਰ ਤੁਹਾਡੇ ਕੋਲ ਤਾਂ ਮੈਂ ਤਾਂ ਟਾਈਮ ਕੋਈ ਨਹੀਂ ਆਉਂਦਾ, ਮੈਂ ਟਾਈਮ ਖਿੰਨਾ ਔਰ ਨਿਸਨਰ ਤੁਹਾਡੇ ਕੋਲ ਆਵਨੇ ਜ਼ਰੂਰ ਇਸ ਸਿਲਸਿਲਾ ਚੱਲ ਪਿਆ ਹੋਣਾ ਇਨਸ਼ਾਅੱਲਾ। ਹਾਂ ਤੇ ਗਾਲ ਵਾਲ ਡੋੜੇ ਤੋਂ ਸ਼ੁਰੂ ਕੀਤੀ ਪਈ ਆਈ ਡੋੜਾ ਕਿ ਬਾਰ ਸਾਹਿਬ ਕਿ ਕਿਹੜਾ ਨੇਕ ਜੀ ਆ ਡਿੱਠਾ ਖਾਬ ਰਾਤੀ ਆਹਾ ਚੁੱਪ ਕਰਕੇ ਸਜਣ ਮਨੀ ਗਏ ਆਹਾ ਕੀ ਬਾਤ ਕਿਹੜਾ ਨੇਕ ਜੀ ਆ ਡਿੱਠਾ ਖਾਬ ਰਾਤੀ ਚੁੱਪ ਕਰਕੇ ਸਜਣ ਮਨੀ ਗਏ ਕੀ ਬਾਤ ਜਿਹੜੇ ਗੈਰ ਦੇ ਦਰ ਤੇ ਮਨ ਬਾਂਧੇ ਹਨ ਉਸੇ ਦਰ ਤੋਂ ਅੱਜ ਹਟਕੇ ਗਏ ਕੀ ਬਾਤ ਤੇ ਲੈ ਮੁੱਦਤ ਦੀ ਸੇਕੀ ਬਰਾਰ ਗਈ ਦਰਦਾਂ ਦੇ ਤਾਕ ਵਲੀ ਗਏ ਸੱਕ ਕੁੱਕੜ ਦੀ ਵਾਂਗ ਫਨਾ ਕੀਤਾ ਖੁੱਲੀ ਅੱਖ ਤਾਂ ਸਜਣ ਖੜੀ ਆਏ ਹਾਏ ਕੀ ਬਾਤ ਹੈ ਖੁਸ਼ਹਾਲ ਆਲਣੇ ਤਾਂ ਖੁਸ਼ਹਾਲ ਕਮਾਲ ਕੀਤੇ ਜਾਨੀਆਂ ਇੱਕ ਬੀਆ ਸੱਟ ਜਾਨੀਆਂ ਹਾਂ ਵਾਰ ਸਾਹਿਬ ਕੇ ਡੋੜਾ ਹੈ ਕੇ ਬਿਲਾਲ ਬਜ਼ਮੀ ਸਾਹਿਬ ਦਾ ਵਾਹ ਵਾਹ ਕੇ ਅਕਸਰ ਪੜਦੇ ਰਹਿੰਦੇ ਨੇ ਕਿ ਮੇਕੋ ਢੋਲ ਦੇ ਹਿਜਰ ਬਿਮਾਰ ਕੀਤਾ ਹੈ ਇਵੇਂ ਲੱਗਦੀ ਯਾਰ ਦਵਾ ਕਹਿਣੀ ਹਾਏ 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 ਮੇਕੋ ਢੋਲ ਦੇ ਹਿਜਰ ਬਿਮਾਰ ਕੀਤਾ ਹੈ ਇਵੇਂ ਲੱਗਦੀ ਯਾਰ ਦਵਾ ਕਹਿਣੀ ਮੇਕੋ ਦੇਖ ਕੇ ਯਾਰ ਹਕੀਮ ਆ ਦਿਨ ਤੇਰੇ ਜਿਸਮ ਚ ਖੂਨ ਜ਼ਰਾ ਕਹਿਣੀ ਹਾਏ 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 ਤੇ ਮਿਲਾ ਢੋਲ ਤਾਂ ਯਾਰ ਸ਼ਫਾ ਮਿਲਸੀ ਵਾਹ ਵਾਹ ਬੀਆ ਇਹਦੇ ਬਾਜੂ ਕੋਈ ਰਾਹ ਕਹਿਣੀ ਸ਼ੱਕ ਪਾਉਂਦਾ ਹੈ ਬਜ਼ਮੀ ਮਰਵੇ ਸਾਂ ਜਿਹੜਾ ਸੁੱਖ ਦਾ ਆਂਦਾ ਸਾਗ ਸਾਗ ਕੀ ਬਾਤ ਕੀ ਬਾਤ ਜੀ ਕੀ ਬਾਤ ਜੀ ਅੰਮਾ ਸੈਣ ਦੇ ਬਾਰੇ ਕੁਝ ਆਖੋ। ਹਾਂ ਅੰਮਾ ਸੈਣ ਨਾਲ ਤਾਂ ਬਾਰ ਸਾਹਿਬ ਮੈਂ ਬਹੁਤ ਪਿਆਰ ਕਰੇ ਨਾ ਮਾਸ਼ਾਅੱਲਾ ਔਰ ਉਹ ਵੀ ਢੇਰ ਪਿਆਰ ਕਰੇ ਨਾ ਮਾਸ਼ਾਅੱਲਾ ਬਾਬਾ ਸਿੰਘ। ਹਾਂ ਉਹ ਤਾਂ ਮੈਂ ਆਦਾ ਵੱਧ ਕੇ ਔਰ ਬਾਰ ਸਾਹਿਬ ਮੈਂ ਤਾਂ ਇੱਕ ਨਿੱਕੀ ਜਿਹੀ ਗੱਲ ਦੱਸਾਂ ਕਿ ਥੋੜ੍ਹੀ ਜਿਹੀ ਨਾ ਮੇਰੇ ਕੋਲ ਮਿਸਟੇਕ ਥਈ ਹੈ ਪਿਛਲੇ ਦਿਨ ਬਾਬਾ ਸਾਈਂ ਨੇ ਇੱਕ ਮੇਰੇ ਕੋਲ ਕੰਮ ਆਖਿਆ ਉਹ ਨਾ ਮੇਰੀ ਰਾਤ ਦੀ ਡਿਊਟੀ ਆਈ ਥੋੜ੍ਹਾ ਜਿਹਾ ਨਾ ਇਹ ਮਿਸਟੇਕ ਥੀ ਗਈ ਹੈ ਔਰ ਬਾਬਾ ਸਾਈਂ ਦੇ ਜਿਹੜੇ ਅਲਫਾਜ਼ ਹਨ ਮੈਂ ਬਿਆਨ ਨਹੀਂ ਕਰ ਸਕਦਾ ਲੇਕਿਨ ਜਿਵੇਂ ਮੈਂ ਉਹ ਅਲਫਾਜ਼ ਮੇਰੇ ਕੋ ਅੰਮਾ ਸੈਣ ਨੇ ਦੱਸੇ ਨ ਔਰ ਮੇਰੇ ਕੋ ਆਪਣੇ ਆਪ ਤੋਂ ਮੈਂ ਬਹੁਤ ਸ਼ਰਮਿੰਦਾ ਥੀ ਹਾਂ ਕਿ ਅੱਜ ਸਾਡੀ ਜਿਉਂਦਿਆਂ ਖਿਦਮਤ ਨਹੀਂ ਕਰ ਸਕਦੇ ਥੋੜ੍ਹੀ ਜਿਹੀ ਮਿਸਟੇਕ ਤੋਂ ਔਰ ਕੱਲ੍ਹ ਅਸਾਂ ਮਾਰਵੇ ਸੂ ਕਿਆ ਕਰੇ ਸਨ ਇਸ ਵਜ੍ਹਾ ਤੋਂ ਬਾਰ ਸਾਹਿਬ ਕਿ ਮੈਂ ਇਹ ਆਖਸਾਂ ਕਿ ਬਾਬਾ ਸਾਈਂ ਜਿਹੜਾ ਕੰਮ ਆਖੇ ਨ ਮੈਂ ਤਾਂ ਉਸ ਟਾਈਮ ਕਰ ਛੋੜੋ ਉਸੇ ਟਾਈਮ ਤੇ ਮੈਂ ਬਹੁ ਖੁਸ਼ ਤਾ ਤੇ ਮੈਂ ਅਦਾ ਕਮਾਲ ਹੁਣ ਪਿਛਲੇ ਡੀ ਮੇਰਾ ਇੱਕ ਜ਼ਿੰਮੇ ਕੰਮ ਲਾਇਆ ਨੇ ਔਰ ਮੈਂ ਆਖਿਆ ਅੱਜ ਨਹੀਂ ਤੇ ਕੱਲ ਥੀ ਵੇ ਸੀ ਔਰ ਮੈਂ ਕੱਲ ਤੋੜ ਡਿਊਟੀ ਤੇ ਖੜਿਆ ਨੇ ਬਾਬਾ ਸਾਈਂ ਇੱਕ ਸਕਿਉਰਟੀ ਦੀ ਡਿਊਟੀ ਕਰੇ ਨੇ ਔਰ ਜਿਸ ਟਾਈਮ ਮੈਂ ਉਹ ਕੰਮ ਕਰਕੇ ਦੇ ਆਇਆ ਔਰ ਬਹੁਤ ਖੁਸ਼ ਥੀ ਗਿਆ ਤੋੜ ਸਪੈਸ਼ਲ ਔਰ ਮੈਂ ਇਹ ਆਖਸਾਂ ਕਿ ਬਾਬਾ ਸਾਈਂ ਦਾ ਔਰ ਅੰਮਾ ਸੈਣ ਦਾ ਢੇਰ ਸਾਰਾ ਖਿਆਲ ਰੱਖਣਾ ਤੇ ਇਹ ਦੱਸੋ ਕਿ ਬਹਿਣ ਭਾਈ ਹਾਂ ਤ੍ਰੈ ਭਾਈ ਹੈ ਬਾਹਰ ਮਾਸ਼ਾਅੱਲਾ ਉਹ ਵੀ ਜ਼ਖਮੀ ਹਨ ਜਾਂ ਖੁਸ਼ਹਾਲ ਹਨ ਨਹੀਂ ਨਹੀਂ ਉਹ ਤਾਂ ਖੁਸ਼ਹਾਲ ਅੱਛਾ 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 ਹਮਸ਼ੀਰਾ ਮਾਸ਼ਾਅੱਲਾ ਹਾਂ ਬਾਹਰ ਸਾਹਿਬ ਹਮਸ਼ੀਰਾ ਕੋਈ ਨਹੀਂ ਹਨ ਫੋਤ ਹੀ ਗਏ ਅੱਲਾ ਉਹਨਾਂ ਨੂੰ ਗਰੀ ਕਰੇ ਹਾਂ ਵਾਲਦਾ ਸਾਹਿਬ ਅਸਾਂ ਤੇ ਹੁਣ ਆ ਜਮੇ ਵਾਲਦਾ ਸਾਹਿਬ ਦੇ ਸੇਂਦੇ ਨੇ ਕਿ ਤੁਸਾਂ ਤਕਰੀਬਨ 8-9 ਭੈਣ ਭਰਾ ਹਾਵੇ ਅੱਛਾ ਤੇ ਤੁਸਾਂ ਇਹ ਤ੍ਰੈ ਹੋਰ ਕੀਤੀ ਮਾਸ਼ਾਅੱਲਾ ਸਲਾਮਤੀ ਵੀ ਸੀ ਤ੍ਰੈ ਬਾਹਰ ਸਾਹਿਬ ਬਾਕੀ ਸਾਰੇ ਅੱਲਾ ਕੋ ਪਿਆਰੇ ਸੀ ਬਾਕੀ ਸਾਰੇ ਅੱਲਾ ਕੋ ਪਿਆਰੇ ਸੀ ਜੀਵਨ ਜੋਗ ਤੋਂ ਬਾਰ ਸਾਹਿਬ ਕੇ ਅਸਾਂ ਜੋ ਗਲਤ ਕੰਮ ਕਰੇਂਦੇ ਆਸੇ ਉਹ ਅਸਾਂ ਛੋੜ ਦਿੱਤੇ ਕਿਉਂਕਿ ਜਿਵੇਂ ਤੁਸਾਂ ਬਾਰ ਸਾਹਿਬ ਕੇ ਅਕਸਰ ਆਦੇ ਵਿੱਚ ਜ਼ੁਲਮ ਦਾ ਬਦਲਾ ਜ਼ੁਲਮ ਕਿ ਅਸਾਂ ਬੜੀ ਇਤਿਆਤ ਕਰੇ ਨੇ ਕਿ ਸਾਡੇ ਕੋਲ ਕੋਈ ਗਲਤ ਕੰਮ ਨਾ ਥੀ ਜੀਵਨ ਜੋਗ ਵਿੱਚ ਔਰ ਬਾਰ ਸਾਹਿਬ ਅਸਾਂ ਜਿਹੜਾ ਮੈਂ ਅੱਜ ਬੋਲੇਂਦਾ ਬੈਠਾ ਇਹ ਅਸਾਂ ਤੁਹਾਡੇ ਕੋਲ ਸਿੱਖਿਆ ਲੇਕਿਨ ਅੱਲਾਹ ਤੁਹਾਨੂੰ ਸਲਾਮਤੀ ਅਤਾ ਫਰਮਾਏ ਤੁਹਾਨੂੰ ਮਜ਼ੀਦ ਤਰੱਕੀਆਂ ਦੇਵੇ ਕਾਮਯਾਬੀਆਂ
यूट्यूब चैनल को अल्लाह ताला कामयाबी अता फरमाए। आमीन। आखिरी लाइन है अपने लिसनर के आप, क्योंकि वक्त घट थी। हाँ, लिसनर के ते ये लाइन है कि तुसा भी इंशाल्लाह जिवें मैं आज माइक ते आया बैठा और भार साहब तुसा उम्मीद रखनी है कि असा भी बुलेसू और अपने च एक टैलेंट लेके आओ और गाल करने च भाई के दस्तकी में तो साधे पैवे कि मैं तो को भुलवावण दी कोशिश कीती है कि तू सब भुलना नहीं। उदे बाद नहीं कीती मैं, क्योंकि मैं को पता लग गया कि मेरा लाला पक्का है। लाला पक्का है। अरे लो कोई लिसन जुड़े सारे मौजूद को नहीं जी मेरे रियाज साहब बंद पे। जी हां, मैं जिस तरह लिसन सारे मौजूद को नहीं, अल्लाह ताला ने वरी करे मत। हां बिल्कुल। और जी मैं नासिर साहब की दुनिया को नहीं रह गया, अल्लाह ताला उनको हसनैन भाई को इन सबको वरी करे मत। आमीन। और जेड़े मेरे नाल अक्सर जिन्हें दे नाल में कुछ शोहरत मिली, जेड़े कैसर जानी साहब, हाँ, जेड़े सारे लाज मौजूद कोई नहीं, तोरे संगति साडे संगति और मेरे बुआ दे पोतरा। अच्छा माशाल्लाह। हां जी के और माशाल्लाह बार साहब ने इतनी मोहब्बत आई कि तो आपको सोदी च भी काल करे। नहीं कोई शक, कोई शक ते बाकी निसनर वास्ते है कि तुसा इवें पक्के रहवे इंशाल्लाह। ते बार साहब तो आपको जरूर सदवे आप दे आवण दा बहुत शुक्रिया। अल्लाह पाक आपको सलाम किया था।